ਅੱਜ ਮੈਂ ਗੱਲ ਕਰਨ ਜਾ ਰਹੀਆਂ ਸਾਡੀ ਪੰਜਾਬੀ ਇੰਡਸਟਰੀ ਦੀ ਉਸ ਅਦਾਕਾਰਾਂ ਦੀ ਜਿਨ੍ਹਾਂ ਨੇ ਸਾਡੀ ਪੰਜਾਬੀ ਇੰਡਸਟਰੀ ਵਿੱਚ ਪੈਰ ਤਾਂ ਰੱਖਿਆ ਸੀ ਅਜਾ ਸਿੰਘ ਕਰ ਪਰ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੱਖਰੇ ਵੱਖਰੇ ਕੈਰੈਕਟਰਸ ਰਾਹੀਂ ਖੂਬ ਖੁਸ਼ ਕੀਤਾ ਹੈ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਸ਼ਾਂਤੀ ਫਿਲਮ ਨਿਸ਼ਾ ਬਾਨੋ ਦੀ ਨਿਸ਼ਾ ਬਾਨੋ ਨੇ ਹੁਣ ਤੱਕ ਬਹੁਤ ਸਾਰੀਆਂ ਮੂਵੀਜ਼ ਦੇ ਵਿੱਚ ਸਪੋਰਟਿੰਗ ਕੈਰੈਕਟਰ ਪਲੇ ਕੀਤੇ ਨੇ ਤੇ ਹਮੇਸ਼ਾ ਹੀ ਉਹਨਾਂ ਦਾ ਹਰ ਕੈਰੈਕਟਰ ਸੁਪਰ ਹਿੱਟ ਜਾਂਦਾ ਹੈ ਅਸੀਂ ਉਹਨਾਂ ਨੂੰ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇੰਜੋਏ ਕਰ ਚੁੱਕੇ ਹਾਂ ਤੇ ਤੁਹਾਨੂੰ ਮੈਂ ਦੱਸ ਦਵਾਂ ਕਿ ਪੰਜਾਬੀ ਇੰਡਸਟਰੀ ਵਿੱਚ ਉਹਨਾਂ ਨੇ ਐਜ਼ ਅ ਸਿੰਗਰ ਡੈਬਿਊ ਕੀਤਾ ਸੀ ਉੱਥੇ ਉਹਨਾਂ ਨੇ ਸਿੰਗਿੰਗ ਨੂੰ ਪਿੱਛੇ ਨਹੀਂ ਛੱਡਿਆ ਬਲਕਿ ਹੌਲੀ-ਹੌਲੀ ਉਹ ਆਪਣੇ ਸਿੰਗਿੰਗ ਕੈਰੀਅਰ ਦੇ ਵਿੱਚ ਵੀ ਅੱਗੇ ਵਧ ਰਹੇ ਨੇ ਅਸੀਂ ਹੁਣ ਤੱਕ ਉਹਨਾਂ ਦੇ ਕਈ ਗਾਏ ਹੋਏ ਗੀਤਾਂ ਨੂੰ ਸੁਣ ਚੁੱਕੇ ਹਾਂ ਤੇ ਹੁਣ ਨਿਸ਼ਾ ਬਾਨੋ ਦੇ ਫੈਨਜ਼ ਲਈ ਇੱਕ ਵੱਡੀ ਖੁਸ਼ਖਬਰੀ ਹੈ ਜੀ ਹਾਂ ਨਿਸ਼ਾ ਬਾਨੋ ਇੱਕ ਨਵੇਂ ਗਾਣੇ ਦੇ ਨਾਲ ਸਾਨੂੰ ਸਾਰਿਆਂ ਨੂੰ ਖੁਸ਼ ਕਰਨ ਵਾਲੇ ਨੇ ਜਿਸ ਗਾਣੇ ਦਾ ਟਾਈਟਲ ਹੈ ਮੇਰੇ ਜਾਨੂ ਜੀ ਹਾਂ ਇਸ ਗਾਣੇ ਦੇ ਟਾਈਟਲ ਤੋਂ ਹੀ ਸਾਨੂੰ ਪਤਾ ਲੱਗ ਰਿਹਾ ਹੈ ਕਿ ਇਹ ਇੱਕ ਰੋਮਾਂਟਿਕ ਟਰੈਕ ਹੋਣ ਵਾਲਾ ਹੈ ਤੁਹਾਨੂੰ ਦੱਸ ਦੇ ਕਿ ਬਲੈਕ ਪੁਆਇੰਟ ਮਿ ਦੇ ਲੇਬਲੰਡਰੀ ਗਾਣਾ ਰਿਲੀਜ਼ ਹੋਵੇਗਾ 28th ਆਫ ਅਪ੍ਰੈਲ ਨੂੰ ਤੇ ਉੱਥੇ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਇਸ ਗੀਤ ਨੂੰ ਲਿਖਿਆ ਗਿਆ ਹੈ ਜਸ ਸੰਪਲਾ ਵੱਲੋਂ ਤੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਕੇਵੀ ਸਿੰਘ ਨੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਦਵਾਂ ਕਿ ਇਸ ਗੀਤ ਦੀ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ ਬਰਿੰਦਰ ਸਿੰਘ ਵੱਲੋਂ ਤੇ ਇਸ ਗੀਤ ਨੂੰ ਗਾਉਣਗੇ ਨਿਸ਼ਾ ਬਾਨੋਸੋ ਮੈਂ ਤਾਂ ਬੇਹੱਦ ਹੀ ਐਕਸਾਈਟਡ ਹੋ ਚੁੱਕੀ ਹਾਂ ਇਸ ਗੀਤ ਨੂੰ ਸੁਣਨ ਲਈ ਤੇ ਉੱਥੇ ਹੀ ਇਹ ਦੇਖਣ ਲਈ ਕਿ ਇਸ ਗੀਤ ਵਿੱਚ ਸਾਨੂੰ ਹੋਰ ਕੀ ਕੁਝ ਦੇਖਣ ਨੂੰ ਮਿਲਦਾ ਹੈ ਇਹ ਤੇ ਅੱਜ ਅਸੀਂ ਗੱਲ ਕਰੀਏ ਨਿਸ਼ਾ ਬਾਨੋ ਦੀ ਤਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਰੀਸੈਂਟਲੀ ਅਸੀਂ ਸਾਰਿਆਂ ਨੇ ਨਿਸ਼ਾ ਬਾਨੋ ਨੂੰ ਨਿਕਾ ਜਲਦਾਰ 3 ਮੂਵੀ ਵਿੱਚ ਐਕਟਿੰਗ ਕਰਦੇ ਹੋਏ ਦੇਖਿਆ ਸੀ ਇਸ ਮੂਵੀ ਵਿੱਚ ਉਹਨਾਂ ਦੀ ਐਕਟਿੰਗ ਕਾਫੀ लाजवाब ਸੀ ਤੇ ਸਾਰਿਆਂ ਨੇ ਉਹਨਾਂ ਦੇ ਇਸ ਕੈਰੈਕਟਰ ਨੂੰ ਖੂਬ ਇੰਜੋਏ ਵੀ ਕੀਤਾ ਸੀ ਹਣ ਜੇ ਮੈਂ ਗੱਲ ਕਰਾਉ ਨਾ ਦੇ ਰੀਸੈਂਟ ਟਰੈਕ ਦੇ ਤੇ ਰੀਸੈਂਟਲੀ ਅਸੀਂ ਸਾਰਿਆਂ ਨੇ ਇੰਜੋਏ ਕੀਤਾ ਸੀ ਉਹਨਾਂ ਦਾ ਟਰੈਕ ਆਫ ਲਿਮਟ ਜੀ ਹਾਂ ਆਫ ਲਿਮਟ ਗਾਣਾ ਜਿਹੜਾ ਕਿ ਸਾਰਿਆਂ ਨੂੰ ਬੇਹਦੀ ਪਸੰਦ ਆਇਆ ਸੀ ਤੇ ਇਹ ਗਾਣਾ ਕਾਫੀ ਜ਼ਿਆਦਾ ਸੁਪਰ ਹਿੱਟ ਵੀ ਰਿਹਾ ਸੀ ਸੋ ਜਿਸ ਤਰ੍ਹਾਂ ਅਸੀਂ ਹੁਣ ਤੱਕ ਨਿਸ਼ਾ ਬਾਨੋ ਦੇ ਸਾਰੇ ਹੀ ਪ੍ਰੋਜੈਕਟਸ ਨੂੰ ਇੰਜੋਏ ਕੀਤਾ ਹੈ ਉਹਨਾਂ ਦੀ ਐਕਟਿੰਗ ਨੂੰ ਇੰਜੋਏ ਕੀਤਾ ਉਹਨਾਂ ਦੇ ਗੀਤਾਂ ਨੂੰ ਇੰਜੋਏ ਕੀਤਾ ਆਈ ਏਮ ਸ਼ੋਰ ਕਿ ਅਸੀਂ ਉਹਨਾਂ ਦੇ ਇਸ ਗੀਤ ਨੂੰ ਵੀ ਪਿਆਰ ਦੇਵਾਂਗੇ ਤੇ ਉਹਨਾਂ ਦਾ ਇਹ ਗੀਤ ਵੀ ਸੁਪਰ ਹਿੱਟ ਜਾਵੇਗਾ ਬਾਕੀ ਤੁਸੀਂ ਸਾਰੇ ਕਿੰਨੇ ਕਿ ਐਕਸਾਈਟਡ ਹੋ ਇਸ ਗੀਤ ਲਈ ਮੈਨੂੰ ਕ ਅਪਡੇਟਸ ਜਾਣਨ ਲਈ ਸਬਸਕ੍ਰਾਈਬ ਕਰੋ ਸਾਡੇ YouTube ਚੈਨਲ gabru.com ਪ੍ਰੈਸ ਦਾ ਬੈਲ ਆਈਕਨ ਟੂ ਨੇਵਰ ਮਿਸ ਅ ਵੀਡੀਓ ਫਰਮ gabru